ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਓ ਮੈਂਡੀ, ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਜੂਸ ਤਾਂ ਬਾਈ ਬਹੁਤ ਸਵਾਦ ਸੀਗਾ, ਨਜ਼ਾਰਾ ਆ ਗਿਆ, ਭੁੱਖ ਵੀ ਲੱਗੀ ਸੀਗੀ। ਪਰ ਇੱਕ ਸਾਡੀ ਬੜੀ ਮਾੜੀ ਆਦਤ ਹੈ ਵੀ ਜਦੋਂ ਇਹ ਵਾਲਾ ਜੂਸ ਮੁੱਕ ਜਾਏ ਨਾ, ਸਾਨੂੰ ਬੜੀ ਇੱਕ ਗੰਦੀ ਆਦਤ ਹੈ, ਪਤਾ ਕੀ? ਐਂ ਕਰਨ ਦੀ। ਸਹੀ ਗੱਲ ਹੈ। ਅਤੇ ਸਵਾਗਤ ਕਰਦਾ ਜੀ ਪ੍ਰੋਗਰਾਮ ਦੇ ਵਿੱਚ, ਰਵਨੀਤ ਪ੍ਰੋਗਰਾਮ ਦਾ ਨਾਮ ਹੈ ਜੀ, ਕੰਟੀਨੀ ਮੰਡੀਰ। ਵੈਸੇ ਤਾਂ ਸਾਡੇ ਪ੍ਰੋਗਰਾਮ ਦੇ ਨਾਂ ਤੋਂ ਹੀ ਪਤਾ ਲੱਗ ਜਾਂਦਾ ਵੀ ਪ੍ਰੋਗਰਾਮ ਦੇ ਵਿੱਚ ਅਸੀਂ ਕੀ ਦਿਖਾਵਾਂਗੇ, ਪਰ ਫਿਰ ਵੀ ਕਈ ਮੇਰੇ ਵਰਗਿਆਂ ਨੂੰ ਲੇਟ ਸਮਝ ਆਉਂਦੀ ਹੁੰਦੀ ਹੈ। ਉਹਨਾਂ ਨੂੰ ਮੈਂ ਦੱਸਦਾ ਵੀ ਕੰਟੀਨੀ ਮੰਡੀਰ ਪ੍ਰੋਗਰਾਮ ਦੇ ਰਾਹੀਂ ਅਸੀਂ ਤੁਹਾਨੂੰ ਵੱਖ ਵੱਖ ਕਾਲਜਿਸ, ਵੱਖ ਵੱਖ ਕੈਂਪਸ ਜਿਹੜੇ ਉਹਨਾਂ ਦੀ ਕੰਟੀਨ ਹੋਊਗੀ ਉਹਨਾਂ ਵਿੱਚ ਲੈ ਕੇ ਜਾਇਆ ਕਰਾਂਗੇ। ਕੰਟੀਨ ਦਾ ਮਾਹੌਲ ਕਿਹੋ ਜਿਹਾ ਹੁੰਦਾ ਹੈ ਜੀ, ਜਿਹੜੀ ਕੰਟੀਨ ਦੇ ਆਲੇ ਦੁਆਲੇ ਮੰਡੀਰ ਇਕੱਠੀ ਹੋਈ ਹੁੰਦੀ ਹੈ ਜੀ, ਸੋਹਣੇ ਸੋਹਣੇ ਮੁੰਡੇ ਕੁੜੀਆਂ, ਸੋਹਣੇ ਸੋਹਣੇ ਟੀਚਰਸ, ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ। ਅਤੇ ਅੱਜ ਅਸੀਂ ਆ ਪਹੁੰਚੇ ਹਾਂ ਜੀ ਦੂਨ ਇੰਸਟੀਚਿਊਟ, ਜਿਹੜਾ ਕਿ ਕਰਨਾਲ ਦੇ ਵਿੱਚ ਪੈਂਦਾ। ਬਹੁਤ ਸੋਹਣਾ ਇੰਸਟੀਚਿਊਟ ਹੈ ਜੀ, ਬਹੁਤ ਸੋਹਣੀ ਬਿਲਡਿੰਗ ਹੈ, ਅਤੇ ਟੀਚਰ ਬਹੁਤ ਸੋਹਣੇ ਨੇ, ਅਤੇ ਜੇ ਗੁਰੂ ਸੋਹਣੇ ਹੋਣ ਫਿਰ ਚੇਲੇ ਤਾਂ ਆਪ ਹੀ ਸੋਹਣੇ ਹੁੰਦੇ ਆ ਜੀ। ਸੋ ਸੋਹਣੇ ਸੋਹਣੇ ਚੇਲੇ ਅਤੇ ਚੇਲੀਆਂ, ਯਾਨੀ ਕਿ ਜਿਹੜੇ ਇੱਥੇ ਪੜ੍ਹਦੇ ਨੇ ਮੰਡੀਰ, ਉਹ ਸਾਡੇ ਆਲੇ ਦੁਆਲੇ ਇਕੱਠੀ ਹੋ ਚੁੱਕੀ ਜੀ। ਕੰਟੀਨ ਦਾ ਮਾਹੌਲ ਬਹੁਤ ਸੋਹਣਾ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਜੀ ਤੁਹਾਡਾ? ਪ੍ਰਿਆ। ਪ੍ਰਿਆ ਕਿੱਥੋਂ ਬਿਲੋਂਗ ਕਰਦੇ ਹੋ? ਮੈਂ ਕਰਨਾਲ ਤੋਂ ਬਿਲੋਂਗ ਕਰਦੀ ਹਾਂ। ਕਰਨਾਲ ਤੋਂ ਹੀ ਬਿਲੋਂਗ ਕਰਦੇ ਹੋ? ਅੱਛਾ, ਇਹ ਮੈਨੂੰ ਦੱਸੋ ਵੀ ਬਹੁਤ ਸੋਹਣੀ ਕੰਟੀਨ ਹੈ, ਤੁਸੀਂ ਬਹੁਤ ਸੋਹਣੇ ਹੋ, ਕਿੰਨਾ ਕੁ ਗੇੜਾ ਲਾਉਂਦੇ ਹੁੰਦੇ ਇੱਥੇ? ਦਿਨ ਵਿੱਚ ਇੱਕ ਵਾਰੀ ਤੇ ਲੱਗ ਹੀ ਜਾਂਦਾ ਹੈ ਜੀ। ਇੱਕ ਵਾਰੀ ਗੇੜੀ ਰੋਜ਼ ਲੱਗਦੀ ਹੈ। ਤੁਸੀਂ ਬੜੇ ਖੁਸ਼ ਹੋ, ਤੁਸੀਂ ਜ਼ਿਆਦਾ ਗੇੜੇ ਲਾਉਣੇ ਮੈਨੂੰ ਲੱਗਦਾ, ਹੈ ਨਾ ਜੀ? ਤੇ ਤੁਸੀਂ ਜੀ? ਹਾਂਜੀ ਸਰ, ਰੋਜ਼ ਹੁੰਦੇ ਆ। ਅੱਛਾ, ਰੋਜ਼ ਆਈਦਾ। ਤੇ ਇਹ ਬੰਕ ਵੀ ਇੱਥੇ ਮਾਰਦੇ ਹੁੰਦੇ ਹੋ? ਨਹੀਂ ਨਹੀਂ, ਕਈ ਪਿਛਲੇ ਦਾ ਬਾਹਰ। ਅੱਛਾ, ਬੰਕ ਤਾਂ ਬਾਹਰ ਲੱਗਦੇ ਆ। ਅੱਛਾ, ਤੁਹਾਨੂੰ ਪਤਾ ਕਿੱਥੇ ਆ? ਤੁਹਾਨੂੰ ਮੈਂ, ਜੇ ਬਾਈ ਕਿਸੇ ਨੇ ਬੰਕ ਮਾਰਨਾ ਹੋਵੇ ਤਾਂ ਇਹਨਾਂ ਨੂੰ ਪੁੱਛ ਲਓ ਉਹਨਾਂ ਨੂੰ ਜਗ੍ਹਾ ਕਿੱਥੇ ਜੀ। ਹਾਈਵੇ ਤੇ ਦੱਸ ਦਿਆ ਜੀ, ਹਾਈਵੇ ਤੇ ਬੰਕ ਮਾਰਦੇ ਹੁੰਦੇ ਆ। ਚਲੋ ਧਿਆਨ ਨਾਲ ਮਾਰਿਓ, ਗੱਡੀਆਂ ਬਹੁਤ ਹੁੰਦੀਆਂ ਹਾਈਵੇ ਦੇ ਉੱਤੇ। ਸੋ ਆਪਾਂ ਅੱਗੇ ਕਰਦੇ ਆ ਜੀ, ਹਾਈਵੇ ਤੇ ਬੰਕ ਮਾਰਨ ਵਾਲੀਆਂ ਗੁੜੀਆਂ ਬੈਠੀਆਂ ਜੀ। ਅੱਛਾ, ਗਾਣਾ ਕਿਹਨੂੰ ਆਉਂਦਾ ਮੈਨੂੰ ਦੱਸੋ ਪਹਿਲਾਂ। ਤੁਸੀਂ ਤਾੜੀਆਂ ਮਾਰਿਓ ਜੀ ਜ਼ਰੂਰ, ਤਾੜੀਆਂ ਸਾਰੇ ਮਾਰਨਗੇ ਭਾਈ। ਉਹ ਗੱਲ ਦੂਨ ਵੈਲੀ ਦੀ ਆਖਾ ਯਾਰੋ, ਮੇਰੀ ਚਰਚਾ ਚ ਹੋਇਆ ਏ, ਪਟੋਲਿਆਂ ਦੀ ਪਰਮਾਰ ਤੇ ਸ਼ਕੀਨ ਮੁੰਡਿਆਂ ਦਾ ਕੈਂਪਸ ਹੋਇਆ ਏ। ਅੱਛਾ ਜੀ, ਕੁੜੀਆਂ ਦੀ ਗੱਲ। ਹਾਂਜੀ ਹਾਂਜੀ, ਕਰੋ ਜੀ ਕਰੋ। ਉਹ ਨਿਤ ਟੋਰ ਸ਼ਕੀਨੀ ਲਾ ਕੇ, ਟੋਪ ਤੇ ਜੀਨਾ ਪਾ ਕੇ, ਲੈਕਚਰ ਕੁੜੀਆਂ ਲਾਉਂਦੀ ਨੀ ਏ, ਬੈਂਦੀ ਨਿਤ ਕੈਂਟੀਨ ਚ ਜਾ ਕੇ। ਓਏ ਹੋਏ ਹੋਏ ਹੋਏ, ਉਹ ਕਿਤਾਨ ਕੈਂਪਸ ਵਿੱਚ ਘੁੰਮਦੀਆਂ ਨੇ ਜਿਵੇਂ ਹੁਣ ਡੀਸੀ ਦੀਆਂ ਸਾਲੀਆਂ। ਡੀਸੀ ਦੀਆਂ ਸਾਲੀਆਂ, ਡਰ ਜਾ ਲਾਦਾ ਮੈਨੂੰ ਭਾਈ। ਕਿਤਾਨ ਕੈਂਪਸ ਵਿੱਚ ਘੁੰਮਦੀਆਂ ਨੇ ਜਿਵੇਂ ਹੁਣ ਡੀਸੀ ਦੀਆਂ ਸਾਲੀਆਂ, ਉਹ ਪੇਚੇ ਸਭ ਦੇ ਸੈੱਟ ਨੇ ਮਿੱਤਰੋ, ਇੱਥੇ ਕੀ ਗੋਰੀ ਕੀ ਕਾਲੀਆਂ। ਸੋ ਬਾਈ ਬਹੁਤ ਵਧੀਆ ਗਾਣਾ ਗਾਇਆ, ਮੈਨੂੰ ਤਾਂ ਅਜੇ ਪਹਿਲਾ ਬੰਦਾ ਜਿਹਨੇ ਗਾਣਾ ਗਾਇਆ ਤੇ ਡੀਸੀ ਦੀਆਂ ਸਾਲੀਆਂ ਪੜ੍ਹਦੀਆਂ ਭਾਈ ਇੱਥੇ। ਸੋ ਅੱਗੇ ਸਾਡੇ ਨਾਲ ਨੇ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਹੈਲੋ, ਸੋਰੀ। ਹਾਂਜੀ, ਤੇ ਕੀ ਹਾਲ ਚਾਲ ਹੈ ਜੀ? ਇਹ ਜੋ ਆਪਣੇ ਆਂਖੋਂ ਮੇਂ ਡਾਲਾ ਹੋਇਆ, ਇਹ ਲੈਂਸ ਹੈ ਜਾਂ ਇਹ ਨੈਚੁਰਲੀ ਐਸੀ ਆਈਜ਼ ਹੈ? ਨੈਚੁਰਲੀ ਐਸੀ ਆਈਜ਼ ਹੈ। ਅੱਛਾ ਅੱਛਾ ਅੱਛਾ। ਔਰ ਇਹ ਜੋ ਮਹਿੰਦੀ ਲਗਾਈ ਹੋਈ ਹੈ ਆਪਣੇ, ਮੈਂ ਦੇਖ ਰਹਾ ਹੂੰ, ਇਹ ਕਿਸੇ ਖੁਸ਼ੀ ਮੇਂ ਕੋਈ ਸ਼ਾਦੀ ਹੈ, ਆਪ ਇੰਜੋਏ ਕਰਕੇ ਆਏ ਹੋ ਜਾਂ ਵੈਸੇ ਹੀ? ਈਦ ਥੀ ਨਾ, ਤੋ ਇਸ ਲਈ ਲਗਵਾਈ ਥੀ। ਈਦ ਥੀ। ਅੱਛਾ ਅੱਛਾ, ਚਲੋ ਠੀਕ ਹੈ, ਘਬਰਾਉਣਾ ਨਹੀਂ, ਪਾਣੀ ਪੂਣੀ ਪਿਆ ਕਰੋ, ਠੀਕ ਹੈ ਜੀ? ਸੋ ਆਪਾਂ ਅੱਗੇ ਚੱਲਦੇ ਹਾਂ ਜੀ, ਬਾਈ ਪੱਗਾਂ ਵਾਲੇ ਖੜੇ ਨੇ ਜੀ ਸਾਡੇ ਵਿੱਚ, ਤੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ? ਵਧੀਆ ਜੀ। ਤੁਹਾਡਾ ਜੀ? ਬਹੁਤ ਵਧੀਆ ਜੀ। ਵੀਰੇ ਕੀ ਨਾਮ ਤੁਹਾਡਾ? ਹਰਜੀਤ ਜੀ। ਪੱਗ ਬਹੁਤ ਸੋਹਣੀ ਹੈ, ਪੰਜ ਲੜੀ, ਕਿੰਨਾ ਕੁ ਟਾਈਮ ਲਾਉਂਦੇ ਹੁੰਦੇ ਹੋ? ਪੰਜ ਕੁ ਮਿੰਟ। ਕੀ ਨਾਮ ਦੱਸਿਆ ਸੀਗਾ ਵੀਰੇ? ਗੁਰਭੇਜ ਸਿੰਘ। ਗੁਰਭੇਜ ਸਿੰਘ ਜੀ ਸਾਡੇ ਵਿੱਚ ਗਾਣਾ ਸੁਣਾਉਣਗੇ, ਸੋਹਣਾ ਜਿਹਾ, ਆਜੋ ਭਾਜੀ। ਉਹ ਬੁਲਟ ਤੇ ਆਉਂਦਿਆਂ ਨੂੰ ਪੂਰੀਆਂ ਚੜਾਈਆਂ ਨੇ, ਨਜ਼ਰਾਂ ਮਿਲਣ ਕਿੱਦਾਂ ਐਨਕਾਂ ਲਗਾਈਆਂ ਨੇ, ਹੈਗਾ ਜੇ ਪਿਆਰ ਜਾ ਕੇ ਕਰੋ ਇਜ਼ਹਾਰ, ਖੜ ਅੱਡੇ ਤੇ ਵੀ ਕਾਦੀ ਕੁੜੀ ਛੇੜੀ, ਹੈਗਾ ਜੇ ਪਿਆਰ ਜਾ ਕੇ ਕਰੋ ਇਜ਼ਹਾਰ, ਖੜ ਅੱਡੇ ਤੇ ਵੀ ਕਾਦੀ ਕੁੜੀ ਛੇੜੀ, ਅੱਲੜ ਖਿਡਾਰੀ ਕਹਿਣਾ ਮੰਨਦਾ ਨੀ ਕੋਚਦਾ, ਨਸ਼ਾ ਏ ਜਵਾਨੀ ਵਾਲਾ ਕੁਝ ਵੀ ਨੀ ਸੋਚਦਾ, ਅੱਲੜ ਖਿਡਾਰੀ ਕਹਿਣਾ ਮੰਨਦਾ ਨੀ ਕੋਚਦਾ, ਨਸ਼ਾ ਏ ਜਵਾਨੀ ਵਾਲਾ ਕੁਝ ਵੀ ਨੀ ਸੋਚਦਾ, ਸਰ ਕਹਿੰਦੇ ਚੱਜ ਨਾਲ ਪੜ ਲੈ ਸ਼ੁਦਾਈਆ, ਨਹੀਂ ਤੇ ਬਾਅਦ ਵਿੱਚ ਲਾਉਣੀ ਪੈਜੂ ਰੇੜੀ, ਸਰ ਕਹਿੰਦੇ ਚੱਜ ਨਾਲ ਪੜ ਲੈ ਸ਼ੁਦਾਈਆ, ਨਹੀਂ ਤੇ ਬਾਅਦ ਵਿੱਚ ਲਾਉਣੀ ਪੈਜੂ ਰੇੜੀ, ਹੈਗਾ ਜੇ ਪਿਆਰ ਜਾ ਕੇ ਕਰੋ ਇਜ਼ਹਾਰ, ਖੜ ਅੱਡੇ ਤੇ ਵੀ ਕਾਦੀ ਕੁੜੀ ਛੇੜੀ। ਅੱਛਾ, ਤੁਹਾਡਾ ਫੇਵਰੇਟ ਸਿੰਗਰ ਕੌਣ ਹੈ ਭਾਜੀ? ਸਤਿੰਦਰ ਸਰਤਾਜ। ਸਤਿੰਦਰ ਸਰਤਾਜ ਇਹਨਾਂ ਦੇ ਫੇਵਰੇਟ ਸਿੰਗਰ ਨੇ ਤੁਹਾਡੇ, ਤੇ ਕੋਈ ਦੋ ਲਾਈਨਾਂ ਉਹਨਾਂ ਦੀਆਂ ਔਖੀਆਂ? ਸਿਰਫ ਸੁਣਨਾ ਹੀ ਪਸੰਦ ਆ, ਆਪਾਂ ਨੂੰ ਗਾਉਣਾ ਨਹੀਂ ਪਸੰਦ। ਗਾਉਣਾ ਨਹੀਂ ਪਸੰਦ। ਅੱਛਾ, ਸੋ ਵੀਰੇ ਨੂੰ ਪਸੰਦ ਸੀਗੇ ਜੀ ਸਤਿੰਦਰ ਸਰਤਾਜ ਜੀ, ਮੈਨੂੰ ਵੀ ਬਹੁਤ ਪਸੰਦ ਨੇ, ਬਹੁਤ ਉੱਚ ਲੈਵਲ ਦੇ ਗਾਇਕ ਨੇ, ਸੋ ਸਾਨੂੰ ਗਾਣਾ ਵੀ ਜਿਹਦੇ ਵੀਰੇ ਨੇ ਸੁਣਾਇਆ ਨਹੀਂ, ਕੋਈ ਚੱਕਰ ਨਹੀਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਵਾਰ ਫਿਰ ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਜੀ? ਰੋਹਿਤ। ਅੱਛਾ, ਇੱਕ ਟੰਗ ਟਵਿਸਟਰ ਹੈ ਜੀ, ਉਹ ਤੁਸੀਂ ਬੋਲ ਕੇ ਦੱਸਣਾ।
ਠੀਕ ਹੈ ਜੀ, ਪੰਜ ਵਾਰ ਬੋਲਣਾ। ਟੰਗ ਟਵਿਸਟਰ ਸਮਝ ਜਾਂਦੇ ਹੋ? ਮੈਂ ਤੁਹਾਨੂੰ ਬੋਲ ਕੇ ਇੱਕ ਵਾਰ ਮੈਂ ਦੱਸੂਗਾ ਫਿਰ ਵੀ ਟੰਗ ਟਵਿਸਟਰ ਹੈਗਾ। ਦਵਿੰਦਰ ਦੀ ਦਾਦੀ ਦੇ ਦੋ ਦੰਦ ਦੁਖਦੇ, ਦਿੱਲੀ ਦੇ ਦੁਕਾਨਦਾਰ ਦਵਿੰਦਰ ਦੀ ਦਾਦੀ ਦੇ ਦੋ ਦੰਦ ਦੁਖਣ ਦਵਾਈ ਦੇ। ਆ ਜਾਓ ਫਿਰ। ਹਾਂਜੀ, ਦਿੱਲੀ ਦੀ ਦਾਦੀ ਦੇ ਦੋ ਦੰਦ ਦੁਖਦੇ, ਦਾਦੀ ਦਿੱਲੀ ਦੀ ਥੋੜੀ ਆ, ਦਿੱਲੀ ਦੀ ਦਾਦੀ ਦੇ ਦੋ ਦੰਦ ਦੁਖਦੇ, ਦਿੱਲੀ ਦੀ ਦਾਦੀ ਨਹੀਂ ਹੈਗੀ ਯਾਰ, ਉਹ ਪਤੰਦਰ ਦਾਦੀ ਦਿੱਲੀ ਦੀ ਬਣਾਈ ਜਾਂਦੇ। ਹਾਂਜੀ ਤੁਸੀਂ ਜੀ, ਦਿੱਲੀ ਦੇ ਦਵਿੰਦਰ ਦੇ ਦੋ, ਦਿੱਲੀ ਦੇ ਦਵਿੰਦਰ ਨਹੀਂ, ਦੇਖੋ ਦਵਿੰਦਰ ਦੀ ਦਾਦੀ ਦੇ ਦੋ ਦੰਦ ਦੁਖਦੇ, ਦਿੱਲੀ ਦੇ ਦੁਕਾਨਦਾਰ ਦਵਿੰਦਰ ਦੀ ਦਾਦੀ ਦੇ ਦੋ ਦੰਦ ਦੁਖਣ ਦਵਾਈ ਦੇ, ਦਿੱਲੀ ਦੇ ਦਵਿੰਦਰ। ਆਪਾਂ ਅੱਗੇ ਆਉਂਦੇ ਹਾਂ ਬਈ, ਟੰਗ ਟਵਿਸਟਰ ਚੱਲਦਾ ਰਹੂਗਾ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਦਵਿੰਦਰ ਦੀ ਦਾਦੀ ਦੇ ਦੋ ਦੰਦ ਦੁਖਦੇ, ਦਿੱਲੀ ਦੇ ਦੁਕਾਨਦਾਰ ਦਵਿੰਦਰ ਦੀ ਦਾਦੀ ਦੇ ਦੋ ਦੰਦ ਦੁਖਣ ਦਵਾਈ ਦੇ, ਇਹ ਬੋਲਣਾ ਪੰਜ ਵਾਰ। ਦਿੱਲੀ ਦੇ ਦੁਕਾਨਦਾਰ ਦਵਿੰਦਰ ਦੀ ਦਾਦੀ, ਸ਼ੁਰੂ ਹੋਏਗਾ। ਦਵਿੰਦਰ ਦੀ ਦਾਦੀ ਦੇ ਦੋ ਦੰਦ ਦੁਖਦੇ, ਦਿੱਲੀ ਦੇ ਦੁਕਾਨਦਾਰ ਦਵਿੰਦਰ ਦਾਦੀ ਦੇ ਦੋ ਦੰਦ ਦੁਖਣ ਦਵਾਈ ਦੇ, ਦਿੱਲੀ ਦੇ ਦੁਕਾਨਦਾਰ ਦਾਦੀ ਦਵਿੰਦਰ ਦੀ ਯਾਰ, ਦਵਿੰਦਰ ਕੀ ਦਾਦੀ ਕੇ ਦੋ ਦੰਦ ਦੁਖਤੇ ਹੈ, ਦਿੱਲੀ ਕੇ ਦੁਕਾਨਦਾਰ ਦਵਿੰਦਰ ਕੀ ਦਾਦੀ ਕੇ ਦੋ ਦੰਦ ਦੁਖਣੇ ਕੀ ਦਵਾਈ ਦੋ। ਦਿੱਲੀ ਕੀ ਦਾਦੀ ਕੀ ਨਹੀਂ, ਦਾਦੀ ਦਿੱਲੀ ਬਾਈ ਪਿੱਛੇ ਵੀ ਹੈਗੇ ਜੀ, ਆਜੋ 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 ਆਜੋ। ਦਵਿੰਦਰ ਦੀ ਦਾਦੀ ਦੇ ਦੋ ਦੱਖ ਦੁੱਧੇ, ਦੋ ਦੱਖ ਨਹੀਂ ਦੰਦ, ਦੁੱਧੇ। ਹਾਂਜੀ, ਦਿੱਲੀ ਦੇ ਦੁਕਾਨਦਾਰ ਦਵਿੰਦਰ ਦੀ ਦਾਦੀ ਦੇ ਸ਼ਾਮ ਕਰ ਦੇਗਾ ਵੀਰੇ। ਦਵਿੰਦਰ ਕੀ ਦਾਦੀ ਕੇ ਦੋ ਦੰਦ ਦੁਖਤੇ ਹੈ, ਦਿੱਲੀ ਕੇ ਦੁਕਾਨਦਾਰ ਦਵਿੰਦਰ ਕੀ ਦਾਦੀ ਕੇ ਦੋ ਦੰਦ ਦੁਖਣੇ ਕੀ ਦਵਾਈ ਦੋ। ਦਵਿੰਦਰ ਕੀ ਦਾਦੀ ਕੇ ਦੋ ਦੰਦ ਦੁਖਤੇ ਹੈ, ਦਿੱਲੀ ਕੇ ਦੁਕਾਨਦਾਰ ਦੁਕਾਨਦਾਰ ਦਿੱਲੀ ਕੇ ਦੁਕਾਨਦਾਰ ਦਿੱਲੀ ਦਵਿੰਦਰ ਕੀ ਦਾਦੀ ਕੇ ਦੋ ਦੰਦ ਦੁਖਣੇ ਕੀ ਦਵਾਈ ਦੋ। ਇੱਕ ਵਾਰ ਹੋ ਗਿਆ, ਪੰਜ ਵਾਰ ਬੋਲਣਾ ਜੀ। ਦਵਿੰਦਰ ਕੀ ਦਾਦੀ ਕੇ ਦੋ ਦੰਦ ਦੁਖਦੇ ਹੈ, ਦਿੱਲੀ ਕੇ ਦੁਕਾਨਦਾਰ ਦਵਿੰਦਰ ਕੀ ਦਾਦੀ ਕੇ ਦੋ ਦੰਦ ਦੁਖਣੇ ਕੀ ਦਵਾਈ ਦੋ। ਚਲੋ ਠੀਕ ਹੈ, ਦੋ ਵਾਰ। ਦਵਿੰਦਰ ਕੀ ਦਾਦੀ ਕੇ ਦੋ ਦੰਦ ਦੁਖਦੇ ਹੈ, ਦਿੱਲੀ ਕੇ ਦੁਕਾਨਦਾਰ ਦਵਿੰਦਰ ਕੀ ਦਾਦੀ ਕੇ ਦੋ ਦੰਦ ਦੁਖਣੇ ਕੀ ਦਵਾਈ ਦੋ। ਬਹੁਤ ਸਹੀ, ਤਿੰਨ ਵਾਰ ਸ਼ਾਬਾਸ਼। ਦਵਿੰਦਰ ਕੀ ਦਾਦੀ ਕੇ ਦੋ ਦੰਦ ਦੁਖਦੇ ਹੈ, ਦਿੱਲੀ ਕੇ ਦੁਕਾਨਦਾਰ ਦਵਿੰਦਰ ਕੀ ਦਾਦੀ ਕੇ ਦੋ ਦੰਦ ਦੁਖਣੇ ਕੀ ਦਵਾਈ ਦੋ। ਬਹੁਤ ਵਧੀਆ, ਇੱਕ ਵਾਰ ਹੋਰ ਰਹਿ ਗਿਆ। ਦਿੱਲੀ ਕੇ ਨਾ, ਦਵਿੰਦਰ ਕੀ ਦਾਦੀ ਕੇ ਦੋ ਦੰਦ ਦੁਖਦੇ ਹੈ, ਦਿੱਲੀ ਕੇ ਦੁਕਾਨਦਾਰ ਦਵਿੰਦਰ ਕੀ ਦਾਦੀ ਕੇ ਦੋ ਦੰਦ ਦੁਖਣੇ ਕੀ ਦਵਾਈ ਦੋ। ਤਾਲੀਆਂ ਹੋਏ ਥੋੜੀ ਜਿੱਤ ਗਈ। ਥੈਂਕ ਯੂ ਜੀ, ਥੈਂਕ ਯੂ ਮੀਨਾਕਸ਼ੀ ਜੀ। ਸੋ ਬਾਈ, ਕੰਟੀਨੀ ਮੰਡੀਰ ਦੇ ਵਿੱਚ ਪੂਰੀ ਗਰਮੋ ਗਰਮਾਹਟ ਚੱਲ ਰਹੀ ਹੈ, ਮੁੰਡੇ ਕੁੜੀਆਂ ਨੇ ਗਾਣੇ ਗੁਣੇ ਵੀ ਸੁਣਾਏ ਆ, ਅਤੇ ਇੱਕ ਕੁੜੀ ਨੇ ਦਵਿੰਦਰ ਦੀ ਦਾਦੀ ਦੇ ਜਿਹੜੇ ਦੋ ਦੰਦ ਦੁਖਦੇ ਸੀ ਉਹਨੂੰ ਦਵਾਈ ਲੈ ਕੇ ਦੇ ਦਿੱਤੀ। ਹੁਣ ਬਾਈ ਮੇਰੇ ਨਾਲ ਓਏ ਹੋਏ ਕੀ ਨਾਂ ਕੀ ਹੈ? ਰਾਜਨ। ਰਾਜਨ ਜੀ, ਇਹ ਜੋ ਜੁਲਫੇ ਹੈ, ਇਹ ਕਿਤਨਾ ਕੁ ਟਾਈਮ ਲਗਾਤੇ ਹੋਏ ਨੇ ਪੇ? ਬੜੇ ਫਕਰ ਨਾਲ ਕਹਿ ਰਹੇ ਹਾਂ ਜੀ, ਬੰਕ ਮਾਰਦੇ ਆ ਬਾਈ। ਅੱਛਾ ਅੱਛਾ ਅੱਛਾ, ਹਾਂ ਕਹਿੰਦੇ ਮਕੈਨਿਕਲ ਵਾਲੇ ਆ, ਬੰਕ ਤਾਂ ਮਾਰਾਂਗੇ। ਅੱਛਾ ਅੱਛਾ, ਤੇ ਕਿੱਥੇ ਮਾਰਦੇ ਹੁੰਦੇ ਬੰਕ? ਕੋਈ ਜਗ੍ਹਾ ਹੈਗੀ ਇਹੋ ਜਿਹੀ ਜਿੱਥੇ? ਗੁਰਮੀਤ ਸਿੰਘ ਜੀ ਨੇ ਚੰਗੀ ਸਿਹਤ ਬਣਾਈ ਹੈ ਬਈ, ਗਾਣਾ ਗੁਣਾ ਗਾ ਲੈਂਦੇ ਹੋ? ਅੱਛਾ, ਕਿਹੜਾ ਸਿੰਗਰ ਕਿਹੜਾ ਪਸੰਦ ਆ? ਸਿੰਗਰ ਹਰਭਜਨ ਮਾਨ। ਸਿੰਗਰ ਇਹਨਾਂ ਨੂੰ ਹਰਭਜਨ ਮਾਨ ਜੀ ਪਸੰਦ ਨੇ, ਤੇ ਸੁਣਾਓ ਫਿਰ ਵੀ ਗਾਣਾ। ਆਪਣਾ ਸੁਣਾਓ ਬਾਈ। ਜਦੋਂ ਵੇਖਿਆ ਸੀ ਪਹਿਲੀ ਵਾਰ, ਉਦ ਹੋ ਗਿਆ ਸੀ ਤੇਰੇ ਨਾਲ ਪਿਆਰ। ਜਦੋਂ ਵੇਖਿਆ ਸੀ ਪਹਿਲੀ ਵਾਰ, ਉਦ ਹੋ ਗਿਆ ਸੀ ਤੇਰੇ ਨਾਲ ਪਿਆਰ। ਪਲ ਪਲ ਹੁਣ ਤੇਰੀ ਯਾਦ ਸਤਾਉਂਦੀ, ਪਲ ਪਲ ਹੁਣ ਤੇਰੀ ਯਾਦ ਸਤਾਉਂਦੀ, ਲੱਗਦਾ ਹੋ ਗਿਆ ਪਿਆਰ। ਜਦੋਂ ਵੇਖਿਆ ਸੀ ਪਹਿਲੀ ਵਾਰ, ਉਦ ਹੋ ਗਿਆ ਸੀ ਤੇਰੇ ਨਾਲ ਪਿਆਰ। ਥੈਂਕਸ ਫੋਰ ਵਾਚਿੰਗ ਕੰਟੀਨਿਊ ਮੰਡੀਰ ਔਰ MH1 ਕੰਟੀਨਿਊ ਮੰਡੀਰ ਦੇ ਇਸ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ, ਤਾਂ ਕਿ ਅਗਲੇ ਸ਼ੋਅਜ਼ ਦੀ ਜਿਹੜੀ ਨੋਟੀਫਿਕੇਸ਼ਨ ਹੈਗੀ ਹੈ ਉਹ ਤੁਹਾਨੂੰ ਮਿਲਦੀ ਰਹੇ। ਥੈਂਕ ਯੂ ਸੋ ਮੱਚ।